ਮਰਦਾਨੇ ਮਹਾ ਮੋਦ ਦਾ ਸ਼ਕਰ ਇਸ ਤਰ੍ਹਾਂ ਆਰੰਭਤਾ ਦੇ ਵਿੱਚ ਮੰਗਲ ਕਰ ਰਹੇ ਹੈ ਉਹ ਆਦ ਸ਼ਕਤੀ ਇੱਥੇ ਵੀ ਕਈ ਗੁਰਮੁਖ ਜਨ ਜਿਹੜੇ ਨੇ ਕੁਝ ਭੁੱਲ ਜਾਂਦੇ ਆ ਕੁਝ ਭਲੇਖੀ ਪਾਉਣ ਵਾਲੇ ਵੀ ਬਹੁਤ ਲੋਕ ਹਨ ਸਿੱਖ ਕੌਮ ਦੁਨੀਆ ਦੇ ਵਿੱਚ ਕਿਹੇ ਜੀ ਕੌਮ ਹੈ ਜੇ ਇਹ ਸਾਰੀ ਇਕੱਤਰ ਹੋ ਜਾਵੇ ਤੇ ਦੁਨੀਆ ਦੇ ਤਖਤੋ ਤਾਜ ਇਹਦੇ ਪੈਰਾਂ ਥੱਲੇ ਆ ਸਿੱਖ ਕੌਮ ਦੇ ਔਰ ਇਹ ਜੇ ਏਜੰਸੀਆਂ ਦੇ ਲੋਕ ਜਿਹੜੇ ਸਿੱਖਾਂ ਮਗਰ ਲੱਗੇ ਹੋਏ ਵੀ ਕਿਤੇ ਮਿਲ ਕੇ ਨਾ ਬੈਠ ਜਾਣ ਜਿੱਦ ਦਿਨੇ ਮਿਲ ਕੇ ਬੈਠ ਕੇ ਪੂਰੀ ਦੁਨੀਆ ਤੇ ਰਾਜ ਇਹਨਾਂ ਦਾ ਹੋਵੇਗਾ ਇਹ ਧਨਕਲਗੀ ਤਰਪਾਦਾ ਸਾਹਿਬ ਮਹਾਰਾਜ ਜੀ ਦੇ ਸਿੰਘਾਂ ਨੇ ਐਵੇਂ ਨਹੀਂ ਇਹ एलान जंग ਦੇ ਕੀਤੇ ਹੋਏ ਇਹ ਜਿੱਤ ਦੇ ਨਗਾਰੇ ਜਿਕਾਰੇ ਐਵੇਂ ਨਹੀਂ ਗੂੰਜਦੇ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ ਇਹ ਸਭ ਹੋ ਸਕਦਾ ਹੈ ਪਰ ਉਹ ਵਿਰੋਧੀ ਜਿਹੜੇ ਹਨ ਇਸ ਪਾਸੇ ਲੱਗੇ ਹੋਏ ਇਹ ਜਿਹੜਾ ਇੱਥੇ ਉਸ ਸ਼ਕਤੀ ਦਾ ਵਰਣਨ ਹੈ ਜੋ ਅਨਰੰਕਾਰ ਦੀ ਸ਼ਕਤੀ ਹੈ ਉਹ ਅਕਾਲ ਦੀ ਸ਼ਕਤੀ ਹੈ ਕਰਤੇ ਦੀ ਸ਼ਕਤੀ ਹੈ ਜਿੰਨੂੰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਈ ਨਾਵਾਂ ਦੇ ਨਾਲ ਯਾਦ ਕੀਤਾ ਹੈ ਸੋ ਇਹ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਆਸ ਕਿਰਪਾਨ ਖੰਡੋ ਖੜਗ ਤਵਕ ਤਵਰ ਯਰ ਤੀਰ ਸਹਿਬ ਸਰੋਹੀ ਸਹਿਤੀ ਯਹੇ ਹਮਾਰੇ ਪੀਰ ਕਾਲ ਤੁਹੀ ਕਾਲੀ ਤੁਹੀ ਤੁਹੀ ਦੇਗ ਯਰ ਤੀਰ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਇਹ ਸਾਰੇ ਉਸੀ ਪਰਮੇਸ਼ਵਰ ਦੀ ਤਾਕਤ ਦੇ ਨਾਮ ਹਨ ਜਿੰਨੇ ਮਰਜੀ ਨਾਮ ਲਈ ਜਾਈਏ ਉਹਦੇ ਨਾਮਾਂ ਦਾ ਕੋਈ ਅੰਤ ਨਹੀਂ ਆਉਂਦਾ ਹੈ ਉਹਦੇ ਵਿੱਚੋਂ ਇੱਕ ਨਾਮ ਹੈ ਦੁਰਗਾ ਕਰਕੇ ਜਿਹਨੂੰ ਜਾਣਿਆ ਜਾਂਦਾ ਹੈ ਤੇ ਇਹ ਭਰਮ ਭਲੇਖਾ ਪਾਉਣ ਵਾਲੀਆਂ ਸ਼ਕਤੀਆਂ ਉਹ ਪਰਮੇਸ਼ਵਰ ਦੀ ਤਾਕਤ ਨੂੰ ਇੱਕ ਇਸਤਰੀ ਸਰੂਪ ਦੇ ਵਿੱਚ ਵਰਣਨ ਕਰਦੇ ਵੀ ਉਹਦੇ ਇੱਕ ਜਨਾਨੀ ਹੈ ਇਸਤਰੀ ਹੈ ਜਦ ਰੱਬ ਦੀ ਤਾਕਤ ਦੇ ਵਿਰੋਧੀ ਉੱਠੇ ਸੀਗੇ ਧੁਮਰਨੇਣ ਵਰਗੇ ਮੈ ਖਾਸਰ ਦਾਇਤ ਵਰਗੇ ਸੋਮਨ ਸੁਮ ਦਾਇਤ ਵਰਗੇ ਮਦਕੀਟ ਵਰਗੇ ਤੇ ਉਹਨਾਂ ਨੇ ਵੀ ਉਸ ਵळे ਉਸ ਸ਼ਕਤੀ ਨੂੰ ਇੱਕ ਜਨਾਨੀ ਦਾ ਹੀ ਰੂਪ ਮੰਨਿਆ ਸੀ ਵੀ ਇਹ ਇੱਕ ਔਰਤ ਹੀ ਹੈ ਜਨਾਨੀ ਹੈ ਪ੍ਰਸਾਦ ਸੰਗਜੀਓ ਪਰਮੇਸ਼ਵਰ ਦੀ ਸ਼ਕਤੀ ਹੈ ਉਹ ਸ਼ਕਤੀ ਦਾ ਇੱਥੇ ਮੰਗਲ ਕਰਦੇ ਨੇ ਮਹਾਕਵੀ ਭਾਈ ਸੰਤੋਖ ਸਿੰਘ ਜਿਸ ਗ੍ਰੰਥ ਦੇ ਕਰਤਾ ਕਹਿੰਦੇ ਹੈ ਪਰਮੇਸ਼ਵਰ ਦੀ ਸ਼ਕਤੀ ਤੂੰ ਮੈ ਖਾਸਰ ਮਦ ਮਰਦਨੀ ਉਹ ਹੰਕਾਰੀ ਜਿਹੜਾ ਮੈ ਖਾਸਰ ਸੀਗਾ ਦਾਇਤ ਉਦੇ ਹੰਕਾਰ ਨੂੰ ਤੂੰ ਮਰਦਨ ਕਰਨ ਵਾਲੀ ਹੈ ਉਹਨੂੰ ਨਾਸ ਕਰ ਦੇਣ ਵਾਲੀ ਹੈ ਤੇ ਇਸੇ ਤਰ੍ਹਾਂ ਮਹਾ ਮੋਦ ਦਾ ਸ਼ਕਰ ਉਹ ਇੰਦਰ ਜਿਹੜਾ ਜਿਹਦਾ ਦੁਸ਼ਮਣ ਸੀਗਾ ਉਹ ਮੈ ਖਾਸਰ ਮੈ ਖਾਸਰ ਨੂੰ ਮਾਰ ਕੇ ਤੇ ਇੰਦਰ ਨੂੰ ਤੂੰ ਮੋਦ ਖੁਸ਼ੀਆਂ ਦੇਣ ਵਾਲੀ ਹੈ ਪ੍ਰਸੰਤਾ ਦੇਣ ਵਾਲੀ ਹੈ ਜਗਤੰਬਾ ਜੈ ਜੈ ਕਰੇ ਬਕਰ ਤਾਰੇ ਕਰ ਚੱਕਰ ਤੇਰੇ ਹੱਥ ਦੇ ਵਿੱਚ ਜਿਹੜੇ ਸ਼ਸਤਰ ਪਕੜੇ ਹੋਏ ਆ ਉਹ ਤ੍ਰੇਡੇਸ ਰੂਪ ਦੇ ਵਿੱਚ ਹਨ ਸਭ ਦਾ ਨਾਸ ਕਰਨ ਵਾਲੇ ਹਨ ਜਗ ਦੰਬਾ ਜੈ ਜੈ ਕਾਰੀ ਇਹ జగਤ ਦੀ ਅੰਬਾ జగਤ ਦੀ ਜਾਨਨੀ జగਤ ਦੀ ਮਾਤਾ ਤੇਰੀ ਸਭ ਲੋਕਾਂ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ ਉਹ ਅਸਲ ਹੈ ਸਾਧ ਸੰਗਤ ਜੀ ਨਿਰੰਕਾਰ ਦੀ ਸ਼ਕਤੀ ਇਹ ਜਿਹੜੀ ਆਪਾਂ ਚੰਡੀ ਦੀ ਵਾਰ ਪੜਦੇ ਆਂ ਇਹ ਜਿੰਨੇ ਵੀ ਇਤਿਹਾਸ ਦੇ ਜਾਂ ਇਸੇ ਤਰ੍ਹਾਂ ਸਾਧ ਸੰਗਤ ਜੀ ਕਾਵ ਰਚਨਾ ਦੇ ਪੰਡਤ ਹਨ ਵਿਦਵਾਨ ਹਨ ਉਹਨਾਂ ਨੇ ਆਪਣੀ ਕਲਮ ਨਾਲ ਇਹ ਗੱਲ ਲਿਖੀ ਹੈ ਵੀ ਜੈਸੀ ਚੰਡੀ ਦੀ ਵਾਰ ਦੀ ਰਚਨਾ ਹੈ ਪੰਜਾਬੀ ਸਾਹਿਤ ਵਿੱਚ ਇਹਦੇ ਬਰਾਬਰ ਦੀ ਕੋਈ ਰਚਨਾ ਨਹੀਂ ਦੁਨੀਆਂ ਦੇ ਵਿੱਚ ਜੋ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਚੰਡੀ ਦੀ ਵਾਰ ਦੀ ਰਚਨਾ ਕੀਤੀ ਹੈ ਤੇ ਪ੍ਰਥਮ ਅਦ ਕੈਟਮਦ ਇਹ ਕਿਉਂਕਿ ਜਿੰਨੇ ਰੂਪ ਹੋਏ ਉਹਦੇ ਤੇ ਚੰਡੀ ਚਰਿੱਤਰ ਦੇ ਵਿੱਚ ਸੱਚੇ ਪਾਤਸ਼ਾਹ ਕਥਨ ਕਰਦੇ ਆ ਪ੍ਰਥਮ ਅਦ ਕੈਟਮਦ ਮਥਨ ਮਹਿ ਖਸਰੇ ਮਾਨ ਮਰਦਨ ਕਰਨ ਤਰਨਬਰ ਬੰਡਕਾ ਤੁਮਰ ਦਿਰਗ ਤਰਨ ਤਰ ਧੂਰ ਧਾਨੀ ਕਰਨ ਚਾਂੜਿਆ ਰ ਮੁੰਡ ਕੇ ਮੁੰਡਖੰਡ ਖੰਡਕਾ ਰਗਤ ਬੀਜ ਹਰਨ ਰਗਤ ਪਛਨ ਕਰਨ ਦਰਨਨ ਸੰਭਰਨ ਧਾਰ ਇਸ ਮੰਡਕਾ ਸੁਮ ਬਲ ਧਾਰ ਸੰਘਾਰ ਕਰਵਾਰ ਕਰ ਸਕਲ ਖਲ ਅਸਰ ਦਲ ਜੈਤ ਜੈ ਚੰਡਕਾ ਇਹ ਚੰਡੀ ਇਹ ਦੁਰਗਾ ਇਹ ਆਦ ਸ਼ਕਤੀ ਸਭ ਨਿਰੰਕਾਰ ਦੀ ਤਾਕਤ ਦੇ ਹੀ ਨਾਮ ਹਨ ਸੋਸ਼ ਕਰਤੇ ਪੁਰਖ ਵੈਗਰੂ ਦੀ ਸ਼ਕਤੀ ਦੇ ਨਾਮ ਹਨ हे ਪਰਮੇਸ਼ਵਰ ਦੀ ਸ਼ਕਤੀ ਤੂੰ ਜਗਤ ਦੀ ਅੰਬਾ ਹੈ ਸਾਰੀ ਸ੍ਰਿਸ਼ਟੀ ਦੀ ਮਾਂ ਹੈ ਤੂੰ ਹੀ ਸਾਰੀ ਦੁਨੀਆ ਨੂੰ ਪੈਦਾ ਕੀਤਾ ਮੇਰੇ ਪਰਮੇਸ਼ਰ ਦੀ ਤਾਕਤ ਤੇਰੇ ਹੱਥ ਵਿੱਚ ਜਿਹੜੇ ਸ਼ਸਤਰ ਪਕੜੇ ਹੋਏ ਐ ਇਹਨਾਂ ਦੇ ਨਾਲ ਸਾਰੇ ਲੋਕਾਂ ਤਿੰਨਾਂ ਲੋਕਾਂ ਦੇ ਵਿੱਚ ਤੇਰੀ ਜੈ ਜੈਕਾਰ ਹੋ ਰਹੀ ਹੈ